ਬੁਢਲਾਡਾ 'ਚ ਰੈਲੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਵਿਰੋਧੀਆਂ 'ਤੇ ਹਮਲਾ ਬੋਲਿਆ ਹੈ। ਇਸ ਦੌਰਾਨ ਸੀਐਮ ਨੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਸਣੇ ਪੀਐਮ ਮੋਦੀ ਨੂੰ ਵੀ ਨਹੀਂ ਬਖਸ਼ਿਆ। ਹਰ ਲੀਡਰ 'ਤੇ ਆਪਣੇ ਅੰਦਾਜ਼ ਵਿੱਚ ਸਿਆਸੀ ਹਮਲਾ ਬੋਲਿਆ। ਮੈਨੂੰ ਇੱਕ ਟੀਵੀ 'ਤੇ, ਇੱਕ ਨੈਸ਼ਨਲ ਹਿੰਦੀ ਦੇ ਚੈਨਲ 'ਤੇ ਗਿਆ ਮੈਂ ਇੰਟਰਵਿਊ ਕਰਨ। ਉਹ ਮੈਨੂੰ ਕਹਿੰਦੇ ਅਸੀਂ ਕੁਛ ਨਾਮ ਲਵਾਂਗੇ ਅਤੇ ਇਹਦੇ ਵਿੱਚ ਉਸ ਨਾਮ ਸੁਣਨ ਤੋਂ ਬਾਅਦ ਤੁਹਾਡੇ ਮਨ 'ਚ ਜੋ ਵੀ ਆਵੇ ਤੁਸੀਂ ਬੋਲ ਦਿਓ। ਮੈਂ ਠੀਕ ਹੈ, ਕਹਿੰਦੇ ਸੁਖਬੀਰ ਬਾਦਲ। ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹਿਆ ਹੋਇਆ, ਪੰਜਾਬੀ ਲਿਖਣੀ ਤਾਂ ਪੜ੍ਹਨੀ ਆਉਂਦੀ ਨਹੀਂ, ਪਰ ਪੰਜਾਬ ਦਾ ਵਾਰਸ ਬਣਨਾ ਚਾਹੁੰਦਾ। ਠੀਕ ਹੈ ਜੀ। ਕਹਿੰਦੇ ਕੈਪਟਨ ਅਮਰਿੰਦਰ ਸਿੰਘ। ਮੈਂ ਕਿਹਾ ਮਹਿਲਾਂ 'ਚ ਰਹਿਣ ਵਾਲੇ ਲੋਕ ਨੇ, ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ, ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ, ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ, ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਸੀ, ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ, ਲੋਕਾਂ ਨਾਲ ਤਾਂ ਕਦੇ ਹੋਏ ਨਹੀਂ। ਅੱਛਾ ਜੀ। ਕਹਿੰਦੇ ਨਰਿੰਦਰ ਮੋਦੀ। ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਤੇ ਵੀ ਲਿਆ ਕੇ ਫਿੱਟ ਕਰਕੇ ਐਸਾ ਸੁਣਾਉਂਦਾ, ਨਾਲੇ ਕਹਿੰਦਾ ਮੇਰੀ ਗਰੰਟੀ ਹੈ ਇਹ। ਕਹਿੰਦੇ ਕੈਸੇ? ਮੈਂ ਕਿਹਾ ਉਹ ਚੰਦਰਯਾਨ ਦਾ ਉਦਘਾਟਨ ਕਰਨ ਚਲਾ ਗਿਆ, ਉਹਦੀ ਲਾਂਚਿੰਗ ਸੀ ਚੰਦਰਯਾਨ ਦੀ, ਉੱਥੇ ਜਾ ਕੇ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ। ਮੈਂ ਸੋਚਿਆ ਅੱਠਵੀਂ ਦਾ ਸਰਟੀਫਿਕੇਟ ਇੱਥੇ ਹੁੰਦਾ ਨਹੀਂ, ਇਸਰੋ ਨਾਲ ਕੀ ਸੰਬੰਧ ਹੋਇਆ ਇਹਦਾ? ਇਹ ਉਹ ਤਾਂ ਪੜ੍ਹਾਈ ਲਿਖਾਈ ਕਰਨ ਵਾਲੇ ਸਾਇੰਟਿਸਟ ਬੰਦੇ, ਉਹ ਇਸਰੋ ਜਾਂਦੇ ਆ। ਮੈਂ ਕਿਹਾ ਕਿਵੇਂ ਜੋੜੂਗਾ ਹੁਣ ਇਸਰੋ ਨਾਲ? ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਪੜ੍ਹਦਾ ਸੀ ਪੜ੍ਹਾਈ 'ਚ ਤਾਂ ਕਹਿੰਦਾ ਮੈਂ ਠੀਕ ਠੀਕ ਹੀ ਸੀ, ਇਸ ਕਰਕੇ ਹਰੇਕ ਟੀਚਰ ਆ ਕੇ ਮੈਨੂੰ ਕਹਿੰਦਾ ਸੀ ਅਬ ਤੂੰ ਇਸਰੋ ਮੇ ਬੈਠ, ਅਬ ਇਸਰੋ ਮੇ, ਅਬ ਇਸਰੋ ਮੇ, ਇਸ ਕਰਕੇ ਇਸਰੋ ਨਾਲ ਮੇਰਾ ਪੁਰਾਣਾ ਨਾਤਾ ਹੈ। ਕਹਿੰਦੇ ਅਰਵਿੰਦ ਕੇਜਰੀਵਾਲ। ਮੈਂ ਕਿਹਾ ਇਸ ਕਦਰ ਵਾਕਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ, ਇਸ ਕਦਰ ਵਾਕਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਕਹਿੰਦੇ ਭਗਵੰਤ ਮਾਨ, ਹੁਣ ਮੈਂ ਆਪਦੇ ਬਾਰੇ ਕੀ ਬੋਲਾਂ ਦੱਸੋ। ਕਹਿੰਦੇ ਭਗਵੰਤ ਮਾਨ। ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਬੱਲੇ। ਸੋ ਵੀਰੋ, ਇਹ ਤੁਹਾਡੀਆਂ ਰਹਿਮਤਾਂ ਨੇ ਸਾਰੀਆਂ, ਤੁਸੀਂ ਹੀ ਤਾਹਾਂ ਲੈ ਕੇ ਜਾਂਦੇ ਹੋ, ਤੁਸੀਂ ਥੱਲੇ ਲਿਆਉਂਦੇ ਹੋ, ਪਰ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦੇ ਨੇ। ਐਤਕੀ ਤੱਕੜੀ ਬਦਲੋ ਬਠਿੰਡੇ 'ਚੋਂ।